ਹਾਂਜੀ, ਸਤਿ ਸ਼੍ਰੀ ਅਕਾਲ ਬਾਈ, ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ ਯੂਟਿਊਬ ਚੈਨਲ ਤੇ। ਦੋਸਤੋ, ਅੱਜ ਦੀ ਵੀਡੀਓ ਪਿੰਡ ਮਾਣੂ ਕੇ ਗਿੱਲ, ਜ਼ਿਲ੍ਹਾ ਮੋਗਾ, ਤਹਿਸੀਲ ਨਿਹਾਲ ਸਿੰਘ ਵਾਲਾ। ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇੱਦਾਂ ਦੀ ਵੀਡੀਓ ਬਣਾਉਣੀ ਹੋਵੇ, ਮੇਰੇ ਨਾਲ ਸੰਪਰਕ ਕਰ ਸਕਦਾ। ਮੇਰਾ ਮੋਬਾਈਲ ਨੰਬਰ 98145400968। ਜਿਹੜੇ ਘਰ ਵੀਡੀਓ ਬਣਾ ਰਹੇ ਹਾਂ, ਦੋ ਕੁ ਪਸ਼ੂ ਹੈ, ਘਰੇਲੂ ਹੀ ਨਾਗਾ ਬਾਈ ਕਹਿੰਦਾ, ਇੱਕ ਵੱਛੀ ਆ ਅਤੇ ਇੱਕ ਇੱਧਰ ਝੋਟੀ ਆ, ਸੋਹਣੀ ਸੁਨੱਖੀ ਝੋਟੀ ਆ ਅਤੇ ਝੋਟੀ ਸੇਲ ਹੈ, ਕੱਦ ਕਾਠ ਵਾਲੀ ਹੈ, ਵਜਨ ਵਾਲੀ ਹੈ। ਇਨਫੋਰਮੇਸ਼ਨ ਲੈ ਦਿੰਦਾ, ਉਹ ਕਰਦੇ ਗੱਲਬਾਤ ਦਿੰਦੇ ਹਾਂ ਪ੍ਰੋਪਰ ਸਾਰੀ ਇਨਫੋਰਮੇਸ਼ਨ ਲੈ ਕੇ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਨਾਮ ਅਤੇ ਐਡਰੈਸ ਦੱਸ ਦਿਓ। ਨਾਂ ਜੀ ਮੇਰਾ ਹਰਵਿੰਦਰ ਸਿੰਘ ਜੀ, ਪਿੰਡ ਮਾਣੂ ਕੇ ਗਿੱਲ ਹੈ ਜੀ। ਫੋਨ ਨੰਬਰ ਦੱਸ ਦਿਓ। ਫੋਨ ਨੰਬਰ ਹੈਗਾ ਜੀ 9465847430। ਇੱਕ ਵਾਰੀ ਫਿਰ ਦੱਸ ਦਿਓ, 9465847430। ਕਿੰਨਵਾਂ ਸੂਆ ਬਾਈ? ਇਹ ਪਹਿਲੇ ਸੂਣਾ ਬਾਈ, ਚਾਰ ਦੰਦ ਦਾ ਮੂੰਹ ਤੋਂ ਹਜੇ ਝੋਟੀ। ਚਾਰ ਦੰਦ ਪਹਿਲਾ ਸੂਆ? ਹਾਂ ਜੀ। ਕਿੰਨੇ ਕੁ ਦਿਨ ਲੈ ਜੂ? ਦੇਣ ਜੀ ਪੂਰੇ ਵਾਂਗੂ ਹੀ ਆਊਂ, ਹਜੇ ਸੂੰਦੀ ਨਹੀਂ, 5-7 ਦਿਨ ਹਜੇ। 5-7 ਦਿਨ ਲੈ ਜੂ? ਹਾਂ, 5-7 ਦਿਨ ਲੈ ਜੂਗੀ, ਦੇਣੂ ਮਹੀਨਿਆਂ ਦੇ ਮੁਤਾਬਕ ਪੂਰੇ ਆ ਇਹਦੇ। ਡੇਟ ਮੁਤਾਬਕ ਦੇਣ ਪੂਰੇ ਹੋ ਗਿਆ, ਉੱਤੇ 5-7 ਦਿਨ ਲੈ ਜੂ? ਹਾਂ, ਹਜੇ ਸੂੰਦੀ ਨਹੀਂ, ਸੌਖੀ ਆ ਝੋਟੀ। ਕਿੰਨਾ ਕੁ ਦੁੱਧ ਪਿਆ ਜੀ ਤੁਹਾਡੇ ਹਿਸਾਬ ਨਾਲ ਬਾਈ? ਇਹ ਚਾਹੀਦਾ ਜੀ 13-14 ਲੀਟਰ ਦਾ। ਸੀਵਨ ਲੱਗਾ ਕਿ ਸਾਂਭ ਤੋਂ ਬਣੀ ਆ? ਸੀਵਨ ਲੱਗਾ ਜੀ। ਪਤਾ ਕਿਹੜੇ ਸਾਂਭ ਦਾ? ਨਹੀਂ ਬਾਈ, ਐਵੇਂ ਝੂਠ ਮਾਰਨ ਨੂੰ। ਹਾਂ ਨਹੀਂ, ਸਹੀ ਹੈ, ਝੂਠ ਨਹੀਂ ਮਾਰਨਾ, ਪਰ ਉਹੀ ਨੋਰਮਲੀ ਭਰਾਇਆ। ਠੀਕ ਹੈ ਜੀ, ਕੱਢੀਏ ਬਾਹਰ ਨੂੰ ਤੋਰ ਕੇ ਵਿਖਾਈਏ। ਦੋਸਤੋ, ਵਧੀਆ ਗੱਲ ਹੈ, ਬਾਈ ਕਹਿੰਦਾ ਲਵਾਇਆ ਸੀਵਨ ਹੀ ਹੈ, ਨੋਰਮਲ ਸੀਵਨ ਲੱਗਾ, ਪਰ ਆਪਾਂ ਝੂਠ ਨਹੀਂ ਮਾਰਦੇ ਕਿ ਫਲਾਨੇ ਸਾਂਭ ਦਾ ਲੱਗਾ। ਵਧੀਆ ਗੱਲ ਹੈ, ਕਈ ਭੈਣ ਭਰਾ ਨਿੱਕੀ ਜਿਹੀ ਗੱਲ ਪਿੱਛੇ ਝੂਠ ਮਾਰ ਦਿੰਦੇ ਆ, ਕਿਸੇ ਚੰਗੇ ਜੇ ਸਾਂਭ ਦਾ ਨਾਂ ਲੈ ਦਿੰਦੇ ਆ। ਸੀਵਨ ਭਵਾਂ ਉਹ ਬੁੱਲਦਾ ਕਿਸੇ ਨੇ ਵੇਖਿਆ ਵੀ ਨਾ ਹੋਵੇ, ਮੈਂ ਹਰੇਕ ਨੂੰ ਨਹੀਂ ਕਹਿੰਦਾ, ਜਿਹੜੇ ਭੈਣ ਭਰਾ ਨਿੱਕੀ ਜਿਹੀ ਗੱਲ ਪਿੱਛੇ ਕਹਿ ਦਿੰਦੇ ਆ, ਪਰ ਬਾਈ ਨੇ ਸਾਫ਼ ਹੀ ਕਹਿਤਾ ਕਿ ਲਵਾਇਆ ਸੀਵਨ ਹੀ ਹੈ, ਪਰ ਪ੍ਰੋਪਰ ਬੁੱਲਦਾ ਨਹੀਂ, ਪਤਾ ਨੋਰਮਲ ਹੀ ਸੀਵਨ ਲੱਗਿਆ, ਪਰ ਝੋਟੀ ਵੱਡੀ ਬਹੁਤ ਹੈ, ਫੁੱਲ ਸੁਨੱਖੀ ਹੈ, 6-11 ਟਰੈਕਟਰ ਜਿੱਡੀ ਹੈ। ਬਾਕੀ ਜਦੋਂ ਤੁਸੀਂ ਆਓਗੇ, ਆ ਕੇ ਆਪਦੀਆਂ ਅੱਖਾਂ ਨਾਲ ਵੇਖੋਗੇ, ਤੁਹਾਡੇ ਵੀ ਮਨ ਲੱਗੂਗੀ। ਵੀਰ ਦੇ ਮੋਢੇ ਦੇ ਬਰਾਬਰ ਜਾਂਦੀ ਹੈ, ਪਹਿਲਾ ਸੂਆ ਮੂੰਹ ਤੋਂ 4 ਦੰਦ। ਇਹ ਕਿਹੜਾ ਹੋਰ ਕਢਾ ਲਈਏ ਬਾਈ, ਹਾਈਟ ਵਾਲੇ ਪਾਸੋਂ ਐਕਸਟਰਾਆਰਡਨਰੀ, ਸੋਹਣਾ ਬੋਡੀ ਸਟਰਕਚਰ ਆ, ਖੁੱਲ੍ਹ ਡੁੱਲੇ ਅੰਗਾਂ ਪੈਰਾਂ ਦੀ ਹੈ, ਰੱਜ ਕੇ ਸੁਨੱਖੀ ਆ ਅਤੇ ਫੁੱਲੀ ਵਜਣਾ, 13-14 ਕਿਲੋ ਵੀਰ ਦੱਸਦਾ ਦੁੱਧ ਪਿਆਜੂ, ਹਵਾਨਾ ਸੋਹਣਾ ਤਿਆਰ ਕੀਤਾ, ਥਣਾਂ ਦੀ ਸਾਫ਼ ਸੁਥਰੀ ਹੈ, ਸਾਈਡਾਂ 'ਚ ਵਾਲ ਢਿੱਲ ਹਜੇ ਕਾਫ਼ੀ ਬਾਕੀ ਹੈ, ਦਿਨ ਪੂਰੇ ਹੋ ਗਏ ਬਾਈ ਕਹਿੰਦਾ, ਡੇਟ ਮੁਤਾਬਕ ਅੱਜ ਦਿਨ ਪੂਰੇ ਹੋ ਗਏ ਆ, ਪਰ ਹਜੇ ਸੂੰਦੀ ਨਹੀਂ, ਝੋਟੀ ਸੌਖੀ ਹੈ, ਬਾਕੀ ਹਜੇ ਕੋਈ ਪੈਠਪੁੜਾ ਨਵਾਇਆ ਨਹੀਂ, ਵਾਲ ਢਿੱਲਾਂ ਵੀ ਹਜੇ ਕਾਫ਼ੀ ਬਾਕੀ ਆ, ਪੈਠਪੁੜਾ ਹਾਰਡ ਹੀ ਪਿਆ, 5-7 ਦਿਨ ਵੀਰ ਦੱਸਦਾ ਲੈ ਜੂ, 5-7 ਦਿਨ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਆ, ਸੋਹਣਾ ਵੱਡਾ ਜ਼ਬਰਦਸਤ ਹਵਾਨਾ ਤਿਆਰ ਕਰਕੇ ਸੂ, ਹਵਾਨੇ ਦੀ ਤਿਆਰੀ ਬਹੁਤ ਹੈ, ਉੱਪਰੋਂ ਫੱਟਾਂਗੂ ਚੌੜਾ ਹਵਾਨਾ ਸਟਾਰਟ ਹੁੰਦਾ, ਬਾਕੀ ਥਣ ਤੁਹਾਨੂੰ ਰੋਕ ਕੇ ਨੇੜ ਤੋਂ ਚੈੱਕ ਕਰਾ ਦਿੰਦਾ, ਬਹੁਤ ਸੋਹਣੇ ਮੁੱਠੀ ਵਾਲੇ ਹੱਥ ਦੀ ਚਵਾਈ ਵਾਲੇ ਥਾਣ ਹੈ, 4 ਹੀ ਥਾਣ ਹੈ, ਗੈਪ 'ਚ ਨਿਖੜਵੇਂ ਇਕੱਲੇ ਇਕੱਲੇ ਲੱਗੇ ਹੋਏ ਆ, ਛੋਟੀ ਸਿੰਗੀ ਨਾਲ ਦੀ ਮੁੜੀ ਹੋਈ ਹੈ, ਪਹਿਲਾ ਸੂਆ ਪਲੂਣ ਕੱਟੀ ਮੂੰਹ ਤੋਂ 4 ਦੰਦ, ਨਵਾਂ ਹਾਣ ਝੋਟੀ ਹੈ, ਫੁੱਲੀ ਵਜਨ ਆ ਅਤੇ ਫੁੱਲੀ ਵੱਡਾ ਕੱਦ ਹੈ, ਮੁੱਲ ਬਈ ਜਾਇਜ਼ ਜਿਹਾ ਲੈਣ ਦੇਣ ਵਾਲਾ, ਜਿੰਨੇ ਕੁ ਲੈਣੇ ਆ ਫੋਨ ਤੇ ਕਰ ਲਾਂਗੇ ਮੁੱਲ ਬਈ, ਫੋਨ ਤੇ ਹਾਂ ਜਾਇਜ਼ ਮੁੱਲ ਕਰਾਂਗੇ। ਠੀਕ ਹੈ ਜੀ, ਹਾਂ ਦੋਸਤੋ, ਮੁੱਲ ਵੀਰ ਕਹਿੰਦਾ ਜਾਇਜ਼ ਕਰਾਂਗੇ, ਕਰ ਲਾਂਗੇ ਫੋਨ ਤੇ, ਬਾਕੀ ਦੁਬਾਰਾ ਫਿਰ ਦੱਸ ਦਿੰਦਾ, ਕੋਈ ਨਿੱਕੀ ਜਿਹੀ ਝੋਟੀ ਨਹੀਂ, ਪੂਰੇ ਫੁੱਲ ਵੱਡੇ ਕੱਦ ਵਾਲੀ ਹੈ, ਫੁੱਲ ਵਜਨ ਵਾਲੀ ਹੈ, ਪਹਿਲੇ ਸੂਏ ਸੂੰਦੀ ਹੈ, ਮੂੰਹ ਤੋਂ 4 ਦੰਦ ਹੈ, 5-7 ਦਿਨ ਵੀਰ ਦੱਸਦਾ ਹਜੇ ਲੈ ਜੂਗੀ, ਘਰੇਲੂ ਝੋਟੀ ਹੈ, ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਹੈ, ਫੋਨ ਨੰਬਰ ਵੀਰ ਦਾ ਲਗਾਤਾਰ ਸਕਰੀਨ 'ਤੇ ਚੱਲੀ ਜਾਂਦਾ।
ਜੇ ਕਿਸੇ ਨੇ ਘਰੇ ਆਉਣਾ ਐਡਰੈਸ ਦੂਰੀ ਵਾਰੀ ਦੱਸ ਦੇਣਾ, ਪਿੰਡ ਮਾਣੂ ਕੇ ਗਿੱਲ, ਜ਼ਿਲ੍ਹਾ ਮੋਗਾ, ਤਹਿਸੀਲ ਨਿਹਾਲ ਸਿੰਘ ਵਾਲਾ, ਬਾਗੇ ਪੁਰਾਣੇ ਅਤੇ ਨਿਹਾਲ ਸਿੰਘ ਵਾਲ ਦੇ ਬਿਲਕੁਲ ਸੈਂਟਰ ਜੇ 'ਚ ਹੈ, ਕੋਈ 1-2 ਕਿਲੋਮੀਟਰ ਦਾ ਫਾਸਲਾ ਵੱਧ ਹੋਊਗਾ। ਜਦੋਂ ਬਾਗੇ ਪੁਰਾਣੇ ਤੋਂ ਚਿੱਟੀ ਪੱਟੀ ਵਾਲਾ ਰੋਡ ਨਿਹਾਲ ਸਿੰਘ ਵਾਲੇ ਨੂੰ ਜਾਂਦੇ ਹਾਂ ਅਤੇ ਮੇਨ ਚਿੱਟੀ ਪੱਟੀ ਵਾਲਾ ਰੋਡ ਬਾਈ ਹੋਣਾ ਦੇ ਪਿੰਡ ਵੇਚਦੀ ਲੰਘਦਾ, ਬਾਕੀ ਫੋਨ ਨੰਬਰ ਸਕਰੀਨ 'ਤੇ ਚੱਲੀ ਜਾਂਦਾ, ਵੀਰ ਨੂੰ ਤੁਸੀਂ ਫੋਨ ਲਾ ਲਿਓ, ਪ੍ਰੋਪਰ ਐਡਰੈਸ ਤੁਹਾਨੂੰ ਸਮਝਾ ਦੂਗਾ। ਏਟੀਐਮ ਦੇ ਕੋਲ ਫਿਰਨੀ ਅਤੇ ਵੀਰ ਦਾ ਘਰ ਹੈ, ਇਹ ਇੱਕ ਨਾਗ ਸੇਲ ਹੈ, ਇਨਫੋਰਮੇਸ਼ਨ ਤੁਹਾਨੂੰ A to Z ਸਾਰੀ ਲੈ ਕੇ ਦੇ ਦਿੱਤੀ ਹੈ। ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਤੁਸੀਂ ਬਾਈ ਦੇ ਘਰ ਆਇਓ, ਆਪਦੀ ਨਿਰਖ ਪਰਖ ਨਾਲ ਸੌਦਾ ਕਰ ਲਿਓ। 5-6 ਦਿਨ ਹਜੇ ਲੈ ਜਾਣੇ ਆ, ਪੂਰਾ ਵੱਡਾ ਹਵਾਨਾ ਤਿਆਰ ਕਰਕੇ ਸੂ ਲਾਸਟ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ, ਜਲਦ ਮਿਲਦੇ ਹਾਂ ਕਿਸੇ ਹੋਰ ਨੰਬਰ 'ਤੇ।